ਗਿਆ ਸਰ ਸਵੇਰੇ ਪੰਜਾਬ ਹਰਿਆਣਾ ਦੋਨੋਂ ਇਕੱਠੇ ਹੋਏ ਸਾਂਝੀਵਾਲ ਦਾ ਸੰਦੇਸ਼ ਤਾਂ ਸ਼ਾਮੀ ਸਟੇਜਾਂ ਦੀ ਗੱਲ ਸ਼ੁਰੂ ਹੋ ਗਈ ਸੀ ਮਾੜੀ ਗੱਲ ਹੈ ਜੀ ਮੈਂ ਤਾਂ ਵਿਧਾਨ ਸਭਾ 'ਚ ਵੀ ਇਹੀ ਕਿਹਾ ਮਕਸਦ ਕੀ ਆ ਜੀ ਨਿਸ਼ਾਨਾ ਕੀ ਆ ਨਿਸ਼ਾਨਾ ਗੁਰੂ ਦੇ ਚਰਨ ਨੇ ਨਿਸ਼ਾਨਾ ਗੁਰੂ ਦੀਆਂ ਖੁਸ਼ੀਆਂ ਨੇ ਗੁਰੂ ਦੀਆਂ ਬਖਸ਼ਿਸ਼ਾਂ ਨੇ ਕਿ ਤੇਰੀ ਮੇਰੀ ਹੈ ਰੱਬ ਦੀ ਤਾਂ ਪਹਿਲੀ ਸਿੱਖਿਆ ਇਹ ਹੈ ਕਿ ਮੈਂ ਕੱਢ ਆਪਣੇ 'ਚੋਂ ਤੇਰੀ ਮੇਰੀ ਦੇ ਚੱਕਰ 'ਚੋਂ ਨਿਕਲ ਇਹ ਸਭ ਗੁਰੂ ਦਾ ਅਤੇ ਸਭ ਗੁਰੂ ਦਾ ਹੀ ਰਹਿਣਾ ਇਕੱਲੇ ਆਏ ਹੋ ਇਕੱਲੇ ਤੁਰ ਜਾਣਾ ਕਿਹੜੇ ਚੱਕਰਾਂ 'ਚ ਪੈ ਗਏ ਇਹ ਕੋਈ ਕਹਿੰਦਾ ਜੀ 10 ਕਰੋੜ ਲਾਤਾ ਦੂਜਾ ਕਹਿੰਦਾ 20 ਲਾਤਾ ਅਤੇ ਕਰੋੜ ਕੀ ਦੇ ਉਹ ਵੀ ਰੱਬ ਦੇ ਉਹ ਵੀ ਉਹ ਮਾਲਕ ਦੇ ਦਿੱਤੇ ਨਹੀਂ ਤਾਂ ਕਿਸੇ ਨੂੰ ਜਵਾਨੀ ਨਹੀਂ ਲੱਭਣੀ ਇੱਥੇ ਅਤੇ ਸਭ ਕੁਛ ਜਦ ਉਸ ਪਰਮਾਤਮਾ ਸੱਚੇ ਪਾਤਸ਼ਾਹ ਦਾ ਦਿੱਤਾ ਹੈ ਲੋਕਾਂ ਦੇ ਤਾਂ ਪੱਲੇ ਰੁਪਈਆ ਨਾ ਹੋਵੇ ਇਕੱਲਾ ਉਹ ਕਹਿੰਦੇ ਇਹ ਵੀ ਗੁਰੂ ਦੇ ਲੇਖੇ ਲਾ ਦਿਉ ਅਤੇ ਮੈਂ ਤਾਂ ਕਹਿੰਦਾ ਜੀ 100 ਲਾ ਲਓ ਉਹ ਘੱਟ ਹੈ 500 ਲਾ ਲਓ ਉਹ ਘੱਟ ਹੈ 1000 ਲਾ ਲਓ ਉਹ ਘੱਟ ਹੈ ਜਿੰਨਾ ਉਹਨਾਂ ਲਾ ਦਿਓ ਗੁਰੂ ਦੀ ਔਰ ਗੁਰਪੁਰਬ ਨੂੰ ਮਨਾਉਣ ਵਾਸਤੇ ਉਹਨਾਂ ਘੱਟ ਰਹਿ ਜਾਣਾ ਮਗਰ ਗੁਰੂ ਦੀ ਜਿਹੜੀ ਸਿੱਖਿਆ ਹੈ ਨਾਮ ਜਪਣਾ ਉਹ ਨਾ ਵੀ ਜਪੋ ਵੰਡ ਛਕਣਾ ਕਿਰਤ ਕਰਨੀ ਕਿ ਸਭ ਨੂੰ ਮਿਲੇ ਕੋਈ ਰਹਿ ਨਾ ਜਾਵੇ ਭੁੱਖਾ ਤੇ ਆਇਆ ਕੋਈ ਨਾ ਜਾਵੇ ਜੋ ਆਵੇ ਸੋ ਰਾਜੀ ਜਾਵੇ ਗੁਰੂ ਦੀ ਜੋ ਮੁੱਖ ਉਦੇਸ਼ ਆ ਉਹਤੇ ਵੀ ਪਹਿਰਾ ਦਿਓ ਮੇਰੀ ਤਾਂ ਇਹ ਬੇਨਤੀ ਹੈ ਸਟੇਜ ਮੇਰੀ ਮੇਰੀ ਤੇਰੀ ਮੇਰੀ ਹੂ ਸਟੇਜ ਸਰਕਾਰ ਅੱਜ ਹੈ ਕੱਲ੍ਹ ਸ਼ਾਇਦ ਹੋਵੇ ਨਾ ਫਿਰ ਕਿਹੜੀ ਕਹੋਗੇ ਜੀ ਸਟੇਜ ਉਸ ਗੁਰੂ ਦੀ ਹੈ ਜਿਹੜੇ ਤੋਂ ਸਟੇਜਾਂ ਨਹੀਂ ਲੱਗੀਆਂ ਤੇ ਕੀ ਗੁਰੂ ਦੀ ਨਿਗਾਹ ਫਿਰ ਉੱਤੇ ਨਹੀਂ ਪੈਣੀ ਗੁਰੂ ਦੀ ਤਾਂ ਨਿਗਾਹ ਹੀ ਉਹ ਸਭ ਤੋਂ ਜਿਹੜਾ ਮਾੜਾ ਨੀਵਾਂ ਸਭ ਤੋਂ ਪਿੱਛੇ ਰਹਿ ਜਾਂਦਾ ਗੁਰੂ ਦੀ ਨਿਗਾਹ ਹੀ ਉੱਥੇ ਪੈਂਦੀ ਕੀ ਪਤਾ ਸਟੇਜਾਂ ਵਾਲੇ ਸਟੇਜਾਂ ਹੀ ਲਾਉਂਦੇ ਰਹਿ ਜਾਣ ਤੇ ਸਾਰੀ ਗੁਰੂ ਦੀ ਬਖਸ਼ਿਸ਼ਾਂ ਤੇ ਨੰਗੇ ਪੈਰੀ ਭੁੱਖੇ ਤੇ ਆਏ ਲੈ ਜਾਣ ਤੇ ਫਿਰ ਕੀ ਕਰ ਲਓਗੇ ਇਸ ਲਈ ਜੋ ਗੁਰੂ ਦੀ ਸੋਚ ਹੈ ਜੇ ਗੁਰੂ ਦੀ ਗੱਲ ਕਰਦੇ ਹੋ ਪਹਿਲੀ ਗੱਲ ਤਾਂ ਸਾਨੂੰ ਹੈਸੀਅਤ ਹੀ ਨਹੀਂ ਕਿ ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਕਰ ਲਈਏ ਮੈਂ ਤਾਂ ਬੋਲਣ ਤੋਂ ਪਹਿਲਾਂ ਵੀ ਕਿਹਾ ਸੀ ਕਿ ਗੁਰੂ ਸਮੱਤ ਬਖਸ਼ਿਸ਼ ਕਰੇ ਜਿਹੜਾ ਨਿਮਾਣਿਆਂ ਨੂੰ ਮਾਣ ਬਖਸ਼ਦਾ ਹੈ ਨਿਓਟਿਆਂ ਦਾ ਓਟ ਹੈ ਨਿਆਸਰੇ ਦਾ ਆਸਰਾ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਗੱਲ ਕਰਨ ਲੱਗੇ ਆ ਕੋਈ ਕਮੀ ਪੇਸ਼ੀ ਨਾ ਰਹੇ ਮਗਰ ਮੈਂ ਤਾਂ ਮੋਟੀ ਧੰਨੇ ਜੱਟ ਵਰਗੀ ਗੱਲ ਕੀਤੀ ਹੈ ਜਿੰਨੀ ਮੈਨੂੰ ਸਮਝ ਕਿ ਨਾ ਪਓ ਚੱਕਰਾਂ 'ਚ ਨਾ ਪਓ ਤੇਰੀ ਮੇਰੀ 'ਚ ਬੰਦੇ ਬਣ ਜਾਓ ਸਾਰੇ ਰਲ ਮਿਲ ਕੇ ਗੁਰੂ ਦੇ ਸਤਿਕਾਰ ਵਜੋਂ ਗੁਰੂ ਦੀ ਖੁਸ਼ੀਆਂ ਲੈਣ ਦੇ ਪਾਤਰ ਬਣੋ ਔਰ ਗੁਰੂ ਦੀ ਖੁਸ਼ੀ ਮਿਲਣੀ ਹੈ ਇਕੱਠੇ ਹੋ ਔਰ ਅਕਾਲ ਤਖਤ ਸਾਹਿਬ ਦਾ ਜੋ ਸੰਦੇਸ਼ ਹੈ ਹੁਕਮ ਹੈ ਉਹ ਅਲਾਈ ਹੁਕਮ ਹੈ ਉਹਨੂੰ ਮੰਨਣਾ ਪੈਣਾ 12 ਨੂੰ ਇਕੱਠੇ ਹੋ ਕੇ ਆ ਜਾਓ ਉੱਥੇ 9 ਨੂੰ ਵੀ ਆਓ ਪ੍ਰਧਾਨ ਮੰਤਰੀ ਦੀ ਸਟੇਜ 'ਚ ਔਰ 10 ਨੂੰ ਜਾਂ 11 ਨੂੰ ਅਸੀਂ ਵੀ ਮੱਥਾ ਦੇ ਮੱਥਾ ਕਿਹਨੂੰ ਟੇਕਣਾ ਗੁਰੂ ਨੂੰ ਟੇਕਣਾ ਦਿਨ 'ਚ 100 ਵਾਰੀ ਟੇਕਦੇ ਤਾਂ ਮਹਿਸੂਸ ਕਰਦੇ ਯਾਰ ਕੋਈ ਕਮੀ ਪੇਸ਼ੀ ਨਾ ਰਹੇ ਕਿਣਕਾ ਖੈਰ ਦਾ ਪਊ ਕੋਈ ਬਖਸ਼ਿਸ਼ ਮਿਲੂ ਕੋਈ ਖੁਸ਼ੀ ਮਿਲੂ ਕੋਈ ਪਾਪ ਧੋਤੇ ਜਾਣਗੇ ਤੇ ਮਸਲਾ ਕੀ ਆ ਇਹ ਸਟੇਜਾਂ ਕਿਤੇ ਨਾਲ ਚਲੇ ਜਾਣੀਆਂ ਜੀ ਕਿਸੇ ਨੇ ਵਿਧਾਨ ਸਭਾ ਦੇ ਮੰਤਰੀ ਦੇ ਗਾਣੇ ਦਾ ਵੀ ਜ਼ਿਕਰ ਹੋਇਆ ਤੇ ਤੁਸੀਂ ਟ੍ਰਿਪਲ ਉਹਨੇ ਜੀ ਮੈਂ ਤਾਂ ਇੱਕ ਉਹ ਕੀਤਾ ਇੱਕ ਗੀਤ ਚੱਲ ਰਿਹਾ ਸੀਗਾ ਉਹ ਬਾਰ ਬਾਰ ਕਹਿ ਰਹੇ ਤੁਸੀਂ ਸਾਡੇ ਨਾਲ ਮੈਂ ਤਾਂ ਥੋੜ੍ਹਾ ਉਸ ਮਾਹੌਲ ਬੜਾ ਟੈਂਸ ਹੋ ਰਿਹਾ ਸੀ ਅਤੇ ਮੈਂ ਕਿ ਤੁਹਾਡਾ ਗੀਤ ਚੱਲੀ ਜਾਂਦਾ ਹੈ ਤੁਹਾਡੇ ਭੰਗੜੇ ਪਾਉਂਦੇ ਦਾ ਵੀ ਗੀਤ ਚੱਲਦਾ ਚਲੋ ਨਹੀਂ ਚਾਹੀਦਾ ਸੀ ਮਾਹੌਲ ਮਗਰ ਉਹ ਤਾਂ ਮਾਹੌਲ ਨੂੰ ਥੋੜ੍ਹਾ ਰਿਲੈਕਸ ਕਰਨ ਵਾਸਤੇ ਗਿਆ ਸੀਗਾ ਉਹਦਾ ਇੱਕ ਗੀਤ ਇਹਨਾਂ ਦਾ ਬੜਾ ਮਸ਼ਹੂਰ ਹੋਇਆ ਚੰਨੀ ਜੀ ਦਾ ਕਿ ਮੈਨੂੰ ਛੱਡ ਕੇ ਨਾ ਜਾਵੀਂ ਸਾਹਿਬਾ ਮੈਂ ਲੜ ਲੱਗ ਗਈ ਤੇਰੇ ਅਤੇ ਤੂੰ ਜਿੱਥੇ ਕਹੇਂਗਾ ਬਾਬਾ ਅਸੀਂ ਮੱਥਾ ਟੇਕਣ ਆ ਜਾ ਤੂੰ ਨਾ ਚੱਕਰ 'ਚ ਬਹਿ ਤੈਨੂੰ ਥੋੜ੍ਹੀ ਟੇਕਣ ਆ ਰਿਹਾ ਗੁਰੂ ਦੇ ਗ੍ਰੰਥ ਸਾਹਿਬ ਮਹਾਰਾਜ ਨੂੰ ਚਰਨਾਂ 'ਚ ਨਤਮਸਤਕ ਹੋਣ ਆ ਰਿਹਾ ਖੈਰ ਮੰਗਣ ਚੱਲੇ ਕਿਹੜੇ ਚੱਕਰਾਂ 'ਚ ਪਏ ਔਰ ਸਾਨੂੰ ਮਨਾਉਂਦੇ ਮਨਾਉਂਦੇ ਪਹਿਲਾਂ 0001 ਨੂੰ ਮਨਾ ਲਓ ਮੇਰੀ ਤਾਂ ਇਹ ਬੇਨਤੀ ਆ ਕਿ ਜਦ ਸਾਰੇ ਅੱਜ ਆਏ ਦੋ ਬੰਦੇ ਨਹੀਂ ਆਏ ਮੈਨੂੰ ਤਾਂ ਉਹਨਾਂ ਦਾ ਫਿਕਰ ਹੈ ਆਈ ਐਮ ਵਰਿਡ ਮੈਂ ਚਾਹੁੰਦਾ ਕਿ ਜੇ ਅੱਜ ਗੁਰੂ ਨਾ ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਿੰਨੀ ਵਾਰੀ ਨਾਂ ਲਉਂਗੇ ਨਾ ਕੋਈ ਖੈਰ ਪਾਊਗੀ ਕੋਈ ਬਖਸ਼ਿਸ਼ ਹੋਊਗੀ ਮੈਂ ਤਾਂ ਜਦ ਵੀ ਕੋਈ ਚੰਗਾ ਕੰਮ ਹੁੰਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿ ਨਾਂ ਲੈਂਦੇ ਆ ਸ਼ਾਇਦ ਕੁਛ ਅਤੇ ਅੱਜ ਉਹ ਦੋਵੇਂ ਵੀ ਆ ਜਾਂਦੇ 0001 ਅਤੇ ਦੂਜਾ ਰੋਸ਼ਨ ਦਿਮਾਗ ਅਤੇ ਅੱਜ ਇੱਥੇ ਕੰਮ ਠੀਕ ਹੋ ਜਾਣੇ ਵਿਚਾਰੇ ਦੋ ਰਹਿ ਗਏ ਉਹਨਾਂ 'ਤੇ ਵੀ ਕਿਰਪਾ ਹੋ ਜਾਏ ਐਵੇਂ ਗਲਤ ਮਲਤ ਤਰੀਕੇ ਨਾਲ ਚਲੇ ਜਾਣਗੇ ਮਾੜੀ ਸੰਗਤ 'ਚ ਉੱਥੇ ਪਾਰਕ ਪਤਾ ਨਹੀਂ ਕਿਹਨੇ ਅੜਾ ਲੈਣਾ ਮਾੜੀ ਸੰਗਤ ਨੇ ਫਿਰ ਸਪਸ਼ਟੀਕਰਨ ਦਿੰਦੇ ਫਿਰੋਂਗੇ ਨਾ ਪਓ ਚੱਕਰ 'ਚ ਇਹ ਦੇਸ਼ ਆਪਣਾ ਦੇਸ਼ ਹੈ ਆਪਣਾ ਭੇਸ ਹੈ ਇੱਥੇ ਚੱਲੋ ਨਾਲ ਰਲ ਮਿਲ ਕੇ ਅਸੀਂ ਬਚਾ ਕੇ ਰੱਖਾਂਗੇ ਜੇ ਕੋਈ ਉੱਥੇ ਕੋਈ ਚਾਵਲੇ ਵਰਗਾ ਉਹਦੇ ਨੇੜੇ ਤੇੜੇ ਹੋਇਆ ਅਸੀਂ ਦੇ ਦਿਆਂ ਬਾਜਾ 0001 ਇੱਕ ਬੰਦਾ ਖਤਰੇ ਦਾ ਅਤੇ ਰਲ ਮਿਲ ਕੇ ਕੰਮ ਠੀਕ ਹੁੰਦਾ ਹੈ ਨਾਲੇ ਗੁਰੂ ਸਾਹਿਬ ਦੇ ਚਰਨਾਂ 'ਚ ਜਾ ਕੇ ਉੱਥੇ ਅਰਦਾਸ ਕਰਾਂਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਣ ਥੈਂਕ ਯੂ